ਹਾਏ ਦੋਸਤੋ, ਲਓ ਜੀ ਅੱਜ ਤੁਹਾਨੂੰ ਲੈ ਚੱਲਦੇ ਹਾਂ ਆਪਾਂ ਬਾਬਾ ਹਰੀ ਰਾਮ ਜੀ ਦੇ ਮੰਦਰ ਧਰਮਪੁਰਾ ਪਿੰਡ ਵਿਖੇ, ਅਬੋਹਰ ਦਾ ਪਿੰਡ ਧਰਮਪੁਰਾ, ਜਿੱਥੇ ਬਾਬਾ ਹਰੀ ਰਾਮ ਜੀ ਦਾ ਮੰਦਰ ਦੇ ਦਰਸ਼ਨ ਅੱਜ ਤੁਹਾਨੂੰ ਕਰਵਾ ਰਹੇ ਹਾਂ। ਸੋ ਚੱਲਦੇ ਹਾਂ ਮੰਦਰ ਦੇ ਔਰ ਵਿਖਾਉਂਦੇ ਹਾਂ ਤੁਹਾਨੂੰ, ਬਹੁਤ ਸੋਹਣਾ ਮੰਦਰ। ਧੰਨ ਧੰਨ ਬਾਬਾ ਹਰੀ ਰਾਮ ਜੀ। ਇਹ ਮੰਦਰ ਧਰਮਪੁਰਾ ਪਿੰਡ ਅਬੋਹਰ ਦੇ ਲਾਗੇ ਮੇਨ ਰੋਡ ਤੋਂ ਤਕਰੀਬਨ 3 ਕਿਲੋਮੀਟਰ ਦੂਰ ਸਥਿਤ ਹੈ। ਇਸ ਮੰਦਰ ਨੂੰ ਸੱਪਾਂ ਵਾਲਾ ਬਾਬਾ ਦੇ ਨਾਮ ਨਾਲ ਵੀ ਮਸ਼ਹੂਰ ਹੈ। ਅਗਰ ਆਪ ਜੀ ਨੂੰ ਰਾਤ ਨੂੰ ਸੁਪਨੇ ਵਿੱਚ ਸੱਪ ਦਿਖਾਈ ਦਿੰਦੇ ਨੇ ਤਾਂ ਇੱਥੇ ਆ ਕੇ ਤੁਸੀਂ ਮੱਥਾ ਟੇਕੋ, ਉਹਦੇ ਨਾਲ ਸੱਪ ਵਿਖਣੇ ਬੰਦ ਹੋ ਜਾਣਗੇ। ਅਤੇ ਇਹ ਤ੍ਰਿਵੇਣੀ ਦਾ ਪੇੜ ਵੀ ਇੱਥੇ ਮੌਜੂਦ ਹੈ। ਧੰਨ ਧੰਨ ਬਾਬਾ ਹਰੀ ਰਾਮ ਜੀ। ਮੰਦਰ ਦੇ ਵਿੱਚ ਬਹੁਤ ਹੀ ਸੋਹਣੀਆਂ ਹੋਰ ਮੂਰਤੀਆਂ ਵੀ ਮੌਜੂਦ ਨੇ। ਇੱਥੋਂ ਦੇ ਪੁਜਾਰੀ ਆਪ ਜੀ ਨੂੰ ਸੱਪ ਨਾ ਵਿਖਣ ਉਸਦੇ ਲਈ ਇੱਕ ਡੋਰਾ ਵੀ ਬਣਾ ਕੇ ਦਿੰਦੇ ਹਨ ਅਤੇ ਉਸ ਨਾਲ ਆਪ ਜੀ ਨੂੰ ਰਾਤ ਨੂੰ ਡਰ ਲੱਗਣਾ ਬੰਦ ਹੋ ਜਾਵੇਗਾ। ਮੈਨੂੰ ਵੀ ਬਹੁਤ ਜ਼ਿਆਦਾ ਸੁਪਨੇ ਵਿੱਚ ਸੱਪ ਵਿਖਦੇ ਸੀ, ਇਸ ਕਰਕੇ ਮੈਂ ਮੱਥਾ ਟੇਕਣ ਆਇਆ ਔਰ ਬਾਬਾ ਜੀ ਤੋਂ ਆਸ਼ੀਰਵਾਦ ਲਿਆ। ਆਪ ਜੀ ਨੂੰ ਸੱਪ ਵਿਖਦੇ ਹੋਣ ਤਾਂ ਬਾਬਾ ਹਰੀ ਰਾਮ ਜੀ ਨੂੰ ਬੇਨਤੀ ਆਪਣੇ ਘਰ ਬੈਠਿਆਂ ਹੀ ਕਰ ਸਕਦੇ ਹੋ, ਆਪ ਜੀ ਨੂੰ ਸੁਪਨੇ 'ਚ ਸੱਪ ਵਿਖਣੇ ਬੰਦ ਹੋ ਜਾਣਗੇ। ਅਤੇ ਜਦੋਂ ਵੀ ਮੌਕਾ ਲੱਗੇ ਬਾਬਾ ਜੀ ਦੇ ਦੁਆਰੇ ਔਰ ਜੋ ਵੀ ਮੰਦਰ ਲੱਗੇ ਹੋਵੇ ਮੱਥਾ ਟੇਕ ਸਕਦੇ ਹੋ। ਇਸ ਮੰਦਰ ਵਿੱਚ
ਗਣੇਸ਼ ਜੀ ਦੀ ਮੂਰਤੀ ਵੀ ਸਥਾਪਿਤ ਹੈ। ਬਹੁਤ ਸੋਹਣਾ ਦਰਬਾਰ ਬਾਬਾ ਹਰੀ ਰਾਮ ਜੀ ਅਤੇ ਬਾਲਾ ਜੀ ਦੀ ਮੂਰਤੀ ਵੀ ਸਥਾਪਿਤ ਹੈ। ਮਾਤਾ ਸ਼ੇਰਾਂ ਵਾਲੀ ਵੀ ਵਿਰਾਜਮਾਨ ਨੇ ਔਰ ਬਾਬਾ ਭੋਲੇਨਾਥ ਜੀ ਸ਼ਿਵਲਿੰਗ ਉੱਤੇ ਪਾਣੀ ਚੜਾ ਕੇ ਪੁੰਨ ਕਮਾਇਆ ਜਾਂਦਾ ਹੈ। ਬਹੁਤ ਹੀ ਸੋਹਣੀ ਕਾਰਾਗਿਰੀ ਭਗਵਾਨ ਸ਼ਿਵ ਅਤੇ ਨੰਦੀ ਮਹਾਰਾਜ ਜੀ ਦੇ ਦਰਸ਼ਨ ਤੁਸੀਂ ਕਰ ਰਹੇ ਹੋ। ਇਸ ਮੰਦਰ ਵਿੱਚ ਹਰ ਮਹੀਨੇ ਅਮਾਵਸ ਤੋਂ 5 ਦਿਨਾਂ ਬਾਅਦ ਮੇਲਾ ਲੱਗਦਾ ਹੈ। ਆਪ ਜੀ ਇਸ ਮੇਲੇ ਦਾ ਹਿੱਸਾ ਵੀ ਬਣ ਸਕਦੇ ਹੋ। ਧੰਨ ਧੰਨ ਬਾਬਾ ਹਰੀ ਰਾਮ ਜੀ ਸਭ 'ਤੇ ਕਿਰਪਾ ਕਰਨ ਔਰ ਆਪ ਜੀ ਨੂੰ ਬੇਨਤੀ ਹੈ ਕਿ ਇਹ ਵੀਡੀਓ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਨਾ ਜੀ। ਕਰੋ ਜੀ ਪੂਰੇ ਮੰਦਰ ਦੇ ਦਰਸ਼ਨ ਬਾਬਾ ਹਰੀ ਰਾਮ ਜੀ।